ਸਾਸਰੀਕਾਲ ਜੀ ਸਾਰਿਆਂ ਨੂੰ। ਸਾਸਰੀਕਾਲ ਜੀ ਸਾਰਿਆਂ ਨੂੰ। ਹੋਰ ਸੁਣਾ? ਵਧੀਆ ਠੀਕ ਠਾਕ। ਲਾ ਜੀ ਜੀਜਾ ਜੀ ਵੱਲੋਂ ਵਾਹ ਆ ਗਈ ਜੀ। ਮੇਰੇ ਵੱਲੋਂ ਹੱਥ ਆ ਗਿਆ ਜੀ। ਮੇਰੇ ਵੱਲੋਂ ਹੱਥ ਆ ਗਿਆ ਜੀ। ਅਸੀਂ ਹੁਣ ਚੱਲੇ ਆ। ਅੱਜ ਅਸੀਂ ਸਾਰੀਆਂ ਜੋੜੀਆਂ। ਭਾਜੀ ਤੁਸੀਂ ਬੋਲੋ ਫੇ ਮੈਨੂੰ ਸਾਰਿਆਂ ਦੇ ਤੂੰ ਅੱਗੇ ਗਿਆ ਜੀ। ਨਹੀਂ ਆਪਾਂ ਸਾਰੀਆਂ ਚੱਲੇ ਆ। ਪ੍ਰੀਤੀ ਤੇ ਰਵਿੰਦਰ ਦੇ ਨਾਨਕੇ। ਸਾਰੇ ਜਣੇ ਵੀ ਚੱਲੇ ਆ। ਆਪਾਂ ਸਾਰੇ ਚੱਲੇ ਆ ਅੱਜ ਨਾਨਕੇ। ਨਾਨਕਾ ਅੱਜ ਅਸੀਂ ਆਪਣੇ ਨਿਆਣੇ ਨੂੰ ਨਾਲ ਲੈ ਕੇ ਨਾਨਕਿਆਂ ਮੇਲ ਮੇਲ ਹੋ ਕੇ ਉੱਧਰ ਗਏ ਸੀ। ਹੁਣ ਅਸੀਂ ਆਪਣੇ ਨਾਨਕੇ ਅਸੀਂ ਹੁਣ ਆਪਣੇ ਨਾਨਕੇ ਚੱਲੇ ਆ। ਚੱਲ ਚੱਲ ਤੇ ਨਿੱਕੀ ਗਏ ਆ ਡੱਬੇ ਲੈਣ, ਕਿਉਂਕਿ ਗੁਰ ਸਾਹਿਬ ਪਹਿਲੀ ਵਾਰੀ ਚਲਾਏ ਨਾਨਕੇ ਤੇ ਡੱਬੇ ਨੀ ਤੇ ਭਾਬੀ ਡੱਬੇ ਲੈ ਕੇ ਚਲਾਏ ਚੱਲ ਗਿਆ ਤੇ ਅਸੀਂ ਰਹਿ। ਮੰਮੀ ਵੀ ਆਇਆ ਸੱਚ ਉੱਥੇ। ਮੰਮੀ ਵੀ ਆਏ। ਮੰਮੀ ਭਾਅ ਡੈਡੀ ਨੂੰ ਲੈ ਕੇ ਆਏ। ਮੰਮੀ ਭਾਅ ਡੈਡੀ ਨੂੰ ਲੈ ਕੇ ਸਾਹਿਬ ਬਹੁਤ ਰੋਂਦਾ ਜਦੋਂ ਸਿਰ ਵਾਹੋ ਸਹੀ ਗੰਦੀ ਆਦਤ ਹੈ ਕਿ ਜਦੋਂ ਕੱਪੜੇ ਪੋਲੇ ਹੋਣੇ ਰੋਂਦੇ ਹਨ। ਵੈਸੇ ਵੀ ਨਹੀਂ ਮਿਲਦਾ ਨਿਆਣਿਆਂ ਨੂੰ ਗਰਮੀ ਵੀ ਲੱਗਣ ਲੱਗੀ ਆ। ਲੱਗਣ ਦੀ ਹੋਣੀ ਆ ਨਾ ਤੇ ਵਿਆਹ ਤੇ ਕੰਪਲੀਟ ਹੋ ਗਿਆ। ਚੰਗਾ ਹੋਇਆ ਘਰ ਜਾ ਕੇ ਹੁਣ ਜਿਹੜੇ ਕੱਪੜੇ ਬੈਗਾਂ 'ਚ ਪਾਏ ਹੁਣ ਜਦੋਂ ਕੱਢਣੇ ਪੈਣੇ ਆ ਨਾ ਪਤਾ ਉਹਨੂੰ ਲੱਗਣਾ ਹੋਣਾ। ਦੇਖਿਆ ਜਦੋਂ ਜਾ ਕੇ ਧੋਣੇ ਪਏ ਕੱਪੜੇ ਸਾਹਿਬ ਨੂੰ ਆਉਂਦਾ ਨਹੀਂ। ਜਦੋਂ ਧੋਣੇ ਪਏ ਕੱਪੜੇ ਸਾਹਿਬ ਨੂੰ ਫੇਰ ਪਤਾ ਲੱਗੇ। ਸਾਹਿਬ ਕੀ ਹੋਇਆ ਜੀ? ਗੰਮੀ ਲੱਗਦੀ ਆ ਹੁਣ ਗੱਲ। ਸਾਹਿਬ ਨੂੰ ਗੰਮੀ ਲੱਗਦੀ। ਸਾਹਿਬ ਨੂੰ ਸੱਟ ਕਿੱਥੇ ਲੱਗੀ ਆ? ਉਸੇ ਲਿਆ ਬਾਬਾ ਚੱਲੀਏ ਫਿਰ। ਚਲੋ 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 ਚੱਲੀਏ। ਚਲੋ ਚੱਲੀਏ। ਇਹੋ ਅਸੀਂ ਡੱਬੇ ਜਾ ਕੇ ਖੋਲ ਕੇ ਖਾ ਲੈਣੇ ਚਾਹ ਦੇ ਨਾਲ। ਏਦਾਂ ਹੀ ਹੁੰਦਾ। ਹੋਰ ਮਠਿਆਈ ਕਿਤੇ ਕਿੰਨੀ ਖਾਧੀ ਜਾਂਦੀ। ਇੱਧਰ ਉੱਧਰ ਵੇਖ ਹੁਣ ਵੇਲਾ ਚੁੱਪ ਹੋ ਗਿਆ। ਸਿਰਫ ਕੱਪੜੇ ਪਾਉਣ ਲੱਗਿਆ ਰੋਣਾ ਵਾ। ਵਿੱਕੀ ਮਾਸਾ ਕਾ ਹਵਾ ਹੋਵਾ ਚਲਾ ਲੋ। ਪੜਨਾਨਕੇ ਪਹੁੰਚਿਆ। ਪਹਿਲਾਂ ਹੀ ਆ ਗਿਆ ਨੂੰ ਟੀਕੇ ਨੀ ਆਏ ਤੁਸੀਂ ਕੀ ਆ? ਤੈਨੂੰ ਤੂੰ ਤੇ ਨੀ ਹੈਰਾਨ ਹੋਣਾ ਚਾਹੀਦਾ। ਤੂੰ ਤਿੱਥੇ ਤਾਈ ਆ ਗਾਈਆਂ ਵੱਲ ਵੇਖ ਕੇ ਕਹਿੰਦੇ ਮੁੱਕਾ। ਚੱਲ ਜਾ ਫੜ ਕੇ ਲਿਆ। ਨਹੀਂ ਜਾਵਾਂ ਤੇਰੇ ਨਾਲ। ਚਲਾ ਚਲਾ ਚਲ ਉਹ ਆ ਜਾ। ਹਾਲੇ ਹਾਲੇ ਕੁਛ ਨੀ ਕਹਿਣਾ ਉਹਨੇ। ਹਾਲੇ ਹਾਲੇ
ਹਾਈ ਚਲ ਫੜ ਹੋ ਜਾ ਗਾੜੀ ਲੈ 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 ਸਾਹਿਬ ਆਓ ਚਲੀਏ ਮੈਂ ਤੇ ਆਪ ਇਹਨਾਂ ਦੇ ਨਾਲ ਚੱਲੀ ਹਾਂ ਗੁੜ ਖਾਣ ਤੁਹਾਡਾ ਗੁੜ ਹੈ ਕਿ ਕੋਈ ਹੋਰ ਦਾ ਕਿਤੇ ਡਾਂਗਾ ਮਾਰ ਕੇ ਭਜਾਉਣ ਦਾ ਇੰਨੇ ਜਾਣੇ ਆ ਗਏ ਜੇ ਤੁਸੀਂ ਚੱਲ ਮਾਮੇ ਦਾ ਮੁੰਡਾ ਤੇ ਨਾਲ ਹੋਊਗਾ ਇਹਨਾਂ ਜਦੋਂ ਡਾਂਗਾ ਪੈਣਗੇ ਇਹਨੂੰ ਅੱਗੇ ਕਰ ਦਾਂਗੇ ਗੁੜ ਖਾਲਾ ਗੁੜ ਖਾਲਾ ਗੁੜ ਨਿਮਿੱਤਰਾ ਨਾ ਗੁੜ ਖਾਲਾ ਲਾ ਚੱਕ ਹੋਰ ਸੁਨੀਪ ਗੁੜ ਖਾਣਾ ਤੇ ਆ ਜਾ ਪਹਿਲਾਂ ਮੈਂ ਤੂੰ ਆਪਦੀ ਸਾਲੀ ਦੇ ਨਾਲ ਰਹਿਣਾ ਮੇਰੀ ਸਾਲੀ ਕਿੱਥੇ ਆ ਪਹਿਲਾਂ ਮੈਨੂੰ ਇਹ ਦੱਸੋ ਆ ਵੇਲਾ ਕੀ ਕਹਿੰਦਾ ਗੁੜ ਖਾਲਾ ਗੁੜ ਖਾਲਾ ਇੱਕ ਕੱਟ ਦੇਣਾ ਹੀ ਉਹਨੂੰ ਪਹਿਲਾਂ ਕੇਕ ਕੱਟ ਦੇਣਾ ਗੁੜ ਖਾਣਾ ਗੁੜ ਖਾਣਾ ਗੁਰਸ਼ਨ ਪਰ ਸ਼ਾਨੀ ਤੈਨੂੰ ਪਤਾ ਹੀ ਨਹੀਂ ਗੁੜ ਕੀ ਹੁੰਦਾ ਕੀ ਹਾਂ ਹੋਰ ਵਿਚਾਰ ਨੂੰ ਕੀ ਪਤਾ ਜੀ ਹੁਣ ਗੁੜ ਕੀ ਹੁੰਦਾ ਸਾਡੀ ਪੰਜਾਬ ਦੀ ਨੀਂ ਤੁਰਨ ਕਿਤੇ ਡਿਆ ਵਾ ਸਹੀ ਉਹ ਪਤਾ ਕਿਉਂ ਐਦਾਂ ਲੱਗਣ ਡਿਆ ਵਾ ਨਿਆਣਿਆਂ ਨੂੰ ਲੋਰ ਪਾ ਕੇ ਰੱਖੀ ਦੇ ਨਾ ਉਹ ਜੀਨ ਪਾਈ ਆ ਤਾਂ ਅਜੀਬ ਲੱਗਣ ਡਿਆ ਵੇ ਕਿੱਡਾ ਅਜੀਬ ਲੱਗਣ ਡਿਆ ਹਰ ਕਿਤੇ ਹੁੰਦੇ ਆ ਸੋਹਣਾ ਲੱਗਣ ਡਿਆ ਚੈੱਕ ਕਰੀਏ ਇਹ ਨਾ ਹੋਵੇ ਆਪਾਂ ਅਜੀਬ ਬਜ਼ੁਰਗ ਹੋ ਗਿਆ ਹੁਣ ਜਿੰਨੇ ਇਹ ਸਮਝਦਾਰ ਤੇ ਵਧੀਆ ਸਿਆਣੇ ਸੀ ਨਾ ਕਿ ਚਲੋ ਹੁਣ ਬੁੱਢੇ ਬਾਰੇ ਤੇ ਸਾਰਿਆਂ ਏਦਾਂ ਹੀ ਹੋਣਾ ਵਾ ਇਹਨਾਂ ਸਵਾਈ ਕਢਾਈ ਔਖਾ ਆ ਤੇ ਰੋਟੀ ਪਾਣੀ ਸੋਹਣਾ ਬਣਾਉਣਾ ਸਾਰੀ ਸਿੱਖਿਆ ਇਹਨਾਂ ਨੇ ਮੈਨੂੰ ਦਿੱਤੀ ਮੇਰੀ ਮੰਮੀ ਏਦਾਂ ਹੋ ਗਏ ਹਾਂ ਨਹੀਂ ਅਜੇ ਹੁਣ ਇਹ ਐਵੇਂ ਨਨਾਣ ਦੀ ਕੁੜੀ ਦਾ ਵਿਆਹ ਸੀ ਇੱਥੇ ਉਹ ਅਸੀਂ ਦੇਖਿਆ ਤੇ ਸਾਰੇ ਜਣੇ ਆਏ ਇਕੱਠੇ ਹੋਏ ਇੰਨਾ ਚਿਰ ਹੋ ਗਏ ਤੇ ਫਿਰਦੇ ਫਿਰਦੇ ਇੱਧਰ ਨੂੰ ਆ ਗਏ ਇੱਧਰ ਹੁਣ ਨਹੀਂ ਕੋਈ ਗੱਲ ਨਹੀਂ ਮੈਂ ਭੁੱਖਾ ਦਾ ਪੀਤਾ ਆ ਵਿਆਹ ਵਾਲੇ ਘਰੋਂ ਆਏ ਇੱਧਰ ਵੀ ਇਹਨਾਂ ਵੀ ਸਭ ਕੁਝ ਲਿਆਂਦਾ ਸੀ ਤੇ ਹੁਣ ਭੁੱਖ ਹੀ ਗਈ ਚੀਜ਼ ਦੀ ਸਾਹਮਣੇ ਚਲੀਏ ਚਾਚਾ ਜੀ ਚਲੋ ਮਸੇ ਗਏ ਗੱਲ ਅੱਛਾ ਚਲੋ ਕੋਈ ਨਹੀਂ ਇੱਧਰ ਡੇ ਵੇਖਣ ਵੇਲਾ ਮੈਂ ਵੇਖਣ ਆਈ ਚਲੋ ਬੀਬੀ ਰੋ ਪੀਣੀ ਆ ਚਲੋ 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 ਸਾਰੇ ਤੋਂ ਵੱਧ ਤੇ ਡਰ ਗੁਰਸ਼ਾਨ ਨੂੰ ਲੱਗਣ ਡਿਆ ਉਧਰ ਡਰ ਲੱਗਣ ਡਿਆ ਗੁਰਸ਼ਾਨ ਨੂੰ ਚਲੋ ਚਲੋ ਮੰਮੀ ਗੱਲ ਘੁਮਾ ਕੇ ਆਪਣੇ ਵੱਲ ਨੂੰ ਖੜਦੇ ਹੀ ਹੋ ਮੰਮੀ ਦੀ ਗੱਲ ਆਪਣੇ ਵੱਲ ਨੂੰ ਖੜੀ ਹੋਏ ਹਲਾ ਮੰਮੀ ਨੇ ਆਪਣੇ ਪੇਕੇ ਵਾਲੀ ਸਾਈਡ ਲੈਣੀ ਫਿਰ ਆਹੋ ਭਾਈ ਮਿੱਠਾ ਬੜਾ ਤਾਂ ਮਿੱਠਾ ਬੜਾ ਫਰਕ ਕੀ ਚਲਾ ਅਭੀ ਨਾ ਜਿੰਨਾ ਦੇ ਟਾਈਮ ਲੱਗ ਜਾਣਾ ਟਾਈਮ ਲੱਗ ਜਾਣਾ ਹਨਾ ਆਹੋ 10 ਇਹ ਕਿੱਲਾ ਨਾ ਲੜ ਜਾਣ ਨਿਆਣੇ ਦੇ ਨਹੀਂ ਲੜਦੇ ਨਾ ਗੋਲ ਕੱਢਦੇ ਨੇ ਰੋ ਵੀ ਲੋ ਰੋ ਲੱਗ ਗਿਆ ਮੇਰਾ ਤੇ ਭਰਾ ਪਰੇ ਆਇਓ ਪਰੇ ਆਇਓ ਗੁਰਸ਼ਾਨ ਵੇਖ ਮਾਮੂ ਕਿੱਦਾਂ ਕਰਨ ਦੇ ਵੀਰ ਜੀ ਨੂੰ ਲੈ ਕੇ ਜਾ ਚੱਲ ਜਾ ਚੱਲ ਜਾ ਚੱਲ ਗੁਰਸ਼ਾਨ ਹੋਰ
ਬੱਤੀ ਬੰਦ ਕਰਤੀ ਆ। ਡਰ ਲੱਗਦਾ ਕਿ ਸਾਹਿਬ ਨੂੰ ਵੀ ਚੱਕੀ। ਹੋ ਗਿਆ ਅੰਕਲ ਜੀ, ਹੋ ਗਿਆ। ਨਹੀਂ ਉੱਥੇ ਨਹੀਂ ਜਾਣਾ। ਇਹ ਵੀ ਮਿਲਾ ਦੋ ਉਸਦੇ ਵਰਗੇ ਨਹੀਂ ਰੰਗ ਹੋਣਾ ਇਹਦਾ ਵੀ ਹਨਾ। ਚੱਲ ਵੇਖਦੇ ਆ ਸਾਡਾ ਵੀ ਤਜਰਬਾ। ਇਹ ਕਹਿਣਾ ਕਿ ਇਹਨੇ ਕਾਲਾ ਹੋਣਾ। ਅਸੀਂ ਵੀ ਉਹਦੀਆਂ ਦੋ ਤੀਆਂ ਵਾ। ਪੀਤੀ ਫੜ ਲਾ ਤੇਰੀ ਜਿਹੜੀ ਤੂੰ ਖਾਣੀ ਉਹ ਬਣ ਗਈ। ਹਾਂ ਦੱਸ ਕੀ ਕਹਿੰਦੀ। ਏਦਾਂ ਮੈਂ ਕਿਹਾ ਤੀਲੇ ਲੈ ਆਉਣੇ ਤੇ ਭਾਣੇ ਸਾਨੂੰ ਗਾਲਾਂ ਕੱਢੀ ਜਾਣੀਆਂ ਕਿ ਰੀਆਂ ਵੀਆਂ ਪਹਿਲਾਂ ਹੀ ਆ ਜਾਣੀਆਂ ਤੀਲੇ ਚੁੱਕੋ ਕੇ ਜੂਠਾ ਕਰਦੀਆਂ ਰੀਆਂ। ਦੋਦੇ ਪੱਤੇ ਲਿਆਉਣੇ ਦੋਹਾਂ ਦੇ ਉਹਦੇ ਬੋਰਡ ਦੇ ਜਾਂ ਪਿੱਪਲ ਦੇ ਪੱਤੇ ਮੁੰਡੇ ਨੂੰ ਲੈ ਕੇ ਲੱਗੇ ਨਾ। ਇਹ ਤੋਂ ਨਹੀਂ ਨਿਕਲਣਾ ਪੀਤੀ, ਗਰਮ ਬੜੀ ਹੈ ਉਹ। ਉਹ ਵੀ ਲਾ ਲਿਆ ਜੀ ਘਰ ਗੱਲ ਹੋਈ। ਹਾਂਜੀ ਤੁਸੀਂ ਕਿੱਦਾਂ? ਕਰੇ ਕਮਾਲਣੀ ਨਹੀਂ ਬਹੁਤ ਇਹਨਾਂ ਨੇ ਗਰਮ ਬਹੁਤ ਆ ਬਣੀ ਗੱਲ ਲੱਗੀ ਰਹੋ ਫੇਰ ਦੁਬਾਰਾ ਪੈਣਾ। ਲੈ ਹੁਣ ਦੱਸ ਕੇ ਬਣੂ ਕਾਲਾ ਕਿ ਚਿੱਟਾ ਕਰ ਗੱਲ ਵੇਖੀ ਜਾਈ ਤੂੰ। ਨਹੀਂ ਉਹ ਵੇਖਿਓ ਸਾਹਿਬ ਵੱਲ ਵੇਖਿਓ, ਹੈ ਸਮੈਲ ਆਉਂਦੀ ਕਿ ਨਹੀਂ ਆਉਂਦੀ? ਸੱਚੀ ਗੱਲ ਦੱਸੋ ਮੁੜ ਕੇ ਸਾਈਡਾਂ ਤੋਂ ਲੱਥਣੀ ਹੋਰ ਵਿੱਚ ਤਾਂ ਨਹੀਂ ਉਧਰ ਕੀ ਕਰ ਰਹੀ ਆ ਸਹੀ ਗੱਲ ਆ। ਗੁਰਮੇਰ ਅੱਗੇ ਨਾ ਜਾਈ ਗੋੜੀ ਹੋ, ਮੈਨੂੰ ਵੀ ਮੰਮੀ ਲਿਆ ਕੇ ਦਿਓ ਤਰਨ ਫੜਿਓ। ਪਾਪਾ ਵੱਲ ਚੱਲ ਜਾ, ਮੈਂ ਫਿਰ ਆਪਣੇ ਜੋਗੇ ਲੈ ਕੇ ਵੇਖਿਆ ਪੱਤਾ ਲਿਆ ਕੇ ਦਿਓ ਪੱਤਾ ਟੱਪਣ ਲੈ ਜਾ ਹਿੱਟ ਬੱਜੀ ਹੋਈ ਆ ਉਹ ਦੂਜਾ ਵੱਡਾ ਟੱਪਾ।
ਹੁਣ ਡੈਡੀ ਵੀ ਚੜਨ ਦਿਆ ਪੀ ਪਹਿਲਾਂ ਅੜਦੀ ਨਹੀਂ ਹੁੰਦੀ ਸਾਨੂੰ ਡੈਡੀ ਹੋਣਾ ਨੇ ਪਹਿਲਾਂ ਚੜਨਾ ਉਹ ਪਿੱਛੇ ਹੋ ਜਾਓ ਅਸੀਂ ਪਿੱਛੇ ਡਿੱਗ ਜਾਣਾ ਜੇ ਤੁਹਾਡਾ ਗੋੜ ਬਣ ਜਾਣਾ ਵਾ ਗੁਰਸ਼ਾਨ ਡਿੱਗੇ ਨਾ ਵਿੱਚ ਧਿਆਨ ਆਲੇ ਦੁਆਲੇ ਹੋਏ ਗੁਰਦੇ ਆਲੇ ਦੁਆਲੇ ਹੋਏ ਮਾਲਕ ਹੀ ਗਾਂਢੀ ਚੁੱਕ ਕੇ ਲੈ ਗਏ ਫੜ ਕੇ ਰੱਖੀ ਗਾਂ ਡਿੱਗ ਕੇ ਬੜਾ ਨਹੀਂ ਗੰਦਾ ਜਿਹੜਾ ਬਣਾਈ ਡੰਡਾ ਸੁੱਟਣਾ ਵੀ ਨਾ ਪਊਗਾ ਠੀਕ ਆ ਕੁੜੀ ਦੇ ਹੱਥ ਰੱਖ ਜੇ ਠੀਕ ਆ ਸੰਦੀਪ ਗਾਣਾ ਕੁੜੀ ਡਿੱਗ ਤੇ ਪਈ ਸਾਰੇ ਵੇਖੋ ਮੈਂ ਕਲਾਸ ਇੱਕ ਵਾਰੀ ਦੇਣੀ ਆ ਇੱਕ ਡੰਡੇ ਨਾ ਦੂਜੇ ਡੰਡੇ ਤੇ ਪਾਓ ਤੇ ਸੜ ਜਾਵੇ ਮੂੰਹ ਵੀ ਗਰਮ ਲੱਗਣਾ ਜਾ ਕੇ ਦੂਜੇ ਡੰਡੇ ਤੇ ਮੈਨੂੰ ਪਹਿਲਾਂ ਖਾ ਤੁਸੀਂ ਗਾਂ ਚੱਲ ਗਿਆ ਮੈਂ ਫਿਰ ਆਣ ਕੇ ਫੜਨੇ ਪੈ ਗਈ ਏਦਾਂ ਹੋਇਆ ਸੀ ਝੂਠੀ ਭੁੱਲੀ ਜਾਣ ਡੇ ਪਤਾ ਕਰੋ ਉਦੋਂ ਹਟ ਗਈ
ਵੇਖ ਉਦੋਂ ਹਟ ਗਈ ਤੇ ਮੈਂ ਕਲਾਸ ਦੇ ਵਿੱਚ ਨਿਆਣੇ ਨੂੰ ਕਿਹੜਾ ਇੰਨਾ ਯਾਦ ਹੁੰਦਾ ਨਹੀਂ ਨਹੀਂ ਪੰਜਵੀਂ ਚ ਨਹੀਂ ਮੈਂ ਹਟ ਗਈ ਮੈਂ ਦੂਜੀ ਤੀਜੀ ਕਲਾਸ ਚ ਹਾਂ 15 ਸਾਲਾਂ ਦੇ ਬੱਚੇ ਪੰਜਵੀਂ ਚ ਹੁੰਦੇ ਸੀ ਉਦੋਂ ਤੇ ਉਹ ਤਾਂ ਯਾਦ ਹੀ ਹੁੰਦਾ ਉਹ ਤਾਂ ਹੌਲੀ ਕਰੇ ਅਜ ਤੇ ਨਿੱਕੇ ਨਿੱਕੇ ਪੈਸੇ ਆਉਂਦੇ ਪੰਜਵੀਂ ਚ ਸਵਾਦ ਗਰਮ ਵਾਲਾ ਹੀ ਰਹਿਣਾ ਵਾ ਸਵਾਦ ਮੈਂ ਠੰਡਾ ਨੀ ਹੋਣ ਦੇਣਾ ਕੌਣ ਆ ਮੁੰਡਾ ਮੂੰਹ ਚ ਪਾ ਲਾਂਗਾ ਚਲੋ ਸਹਿਜ ਸਹਿਜ ਖਾਂਦੇ ਰਹੋ ਪੱਤੇ ਤੇ ਪਾ ਲਓ ਹਾਂ ਏਦਾਂ ਦਾ ਹੁੰਦਾ ਸਾਡੇ ਇੱਥੇ ਗੁੜ ਜਿੱਦਾਂ ਜੀ ਮੈਂ ਵਿੱਚ ਥੋੜਾ ਜਿਹਾ ਪਾਇਓ ਸਾਡੇ ਗੁੜ ਦੀਆਂ ਕੀ ਰੀਸਾਂ ਨੇ ਸਾਡੇ ਜ਼ਮੀਨ ਦਾ ਫਰਕ ਆ ਬਸ 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 ਸਾਥ ਨਾ ਸਾੜ ਲਿਓ ਸਾਡੀ ਜ਼ਮੀਨ ਦਾ ਫਰਕ ਆ ਦੇ ਆ ਲੋ ਜ਼ਮੀਨ ਸਾਰੇ ਵਧੀਆ ਨਹੀਂ ਬਸ ਠੀਕ ਹੈ ਇੰਨਾ ਹੀ ਬੜਾ ਕੋਈ ਨਹੀਂ ਲਓ ਜੀ ਆਪਾਂ ਉੱਥੋਂ ਤੁਰ ਕੇ ਆ ਗਈਆਂ ਨਾਨਕਿਆਂ ਦੇ ਘਰੋਂ ਮਾਮੇ ਉਸਦੇ ਘਰੋਂ ਇੱਧਰੋਂ ਦੀ ਤੁਰ ਕੇ ਆਈਆਂ ਆਹੋ ਮੈਂ ਤਾਂ ਕਿਹਾ ਸੀ ਚੰਗਾ ਭਲਾ ਪੀਤੀ ਪਾਣੀ ਖੱਟੇ ਜਿਹੇ ਰੰਗ ਦਾ ਕਾਹ ਵੀ ਉਸੇ ਰੰਗ ਦਾ ਹੀ ਹੋ ਗਿਆ ਸਾਡੀ ਭਾਬੀ ਡਿੱਗਣ ਡੀ ਸਾਨੂੰ ਹੁੰਦਾ ਜੀ ਨਹੀਂ ਲੱਗਣ ਡਿਆ ਤੇ ਵਧੀਆ ਨਹੀਂ ਜੇ ਸਾਡੇ ਨਾਲ ਤੁਰ ਕੇ ਆ ਜਾਂਦੇ ਬੋਰਡ ਨੀ ਇੱਥੇ ਫਾਇਦੇ ਆ ਜਿੰਨੀ ਵੀ ਜ਼ਮੀਨ ਵਾ ਨਾ ਇਹ ਸਾਰੀ ਕਿਸੇ ਨਾਲ ਮਾਮਿਆਂ ਦੀ ਆਪਣੇ ਮਾਮੇ ਦੀ ਆ ਵਾਲੀਆਂ ਆਹੀ ਆ ਜਿਹੜੀਆਂ ਲਾਗੇ ਲਾਗੇ ਦਿਖਣ ਡੀਆਂ ਆ ਇਦਾਂ ਨੂੰ ਵੀ ਕਲਰ ਪਿਆ ਗਿਆ ਕਲਰ ਸਹੀ ਕਾ ਹੁਣ ਅਸੀਂ ਆਏ ਨਾ ਸਾਫ ਹੋ ਜਾਂਦਾ ਵਾ ਨਾ ਅਸੀਂ ਤੇ ਤੁਰ ਕੇ ਹੀ ਆਉਂਦੇ ਮੈਨੂੰ ਦੱਸ ਦੇ ਮੈਂ ਸਕੂਟਰੀ ਫਿਰ ਆ ਜਾਂਦੀ ਲੈਣ ਸਤਿ ਸ਼੍ਰੀ ਅਕਾਲ ਮਾਮੀ ਜੀ ਜਿੰਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਤੂੰ ਮੂਵੀ ਬਣਾ ਕੇ ਸਾਡੀ ਚਾੜਦੀ ਕਿਤੇ ਐਂਟਰੀ ਬੜੀ ਵਧੀਆ ਤੁਹਾਡੇ ਘਰ ਦੀ ਤੇ ਹੈ ਚਿਕੰਦਰਾ ਜਿੱਦਾਂ ਖਾ ਲੀਆਂ ਤੇ ਇਹਨਾਂ ਦੀ ਆਵੇ ਬੋਝ ਪਾਤਾ ਨਾ ਪਪੀਤਿਆਂ ਨੂੰ ਇਧਰ ਜਗੀਰਦਾਰ ਦੀ ਗੱਡੀ ਲੱਗੀ ਸਾਡੇ ਦੀ ਹੋਰ ਸੁਣਾ ਮਾਮਾ ਜੀ ਕਿੱਦਾਂ ਜੈਲਦਾਰ ਦੀ ਨਹੀਂ ਉਹਦਾ ਨਹੀਂ ਸਿਰ ਖਿਲਰਦਾ ਅੱਜ ਨਹੀਂ ਸਿਰ ਖਿਲਰਦਾ ਅੱਜ ਨਹੀਂ ਖਿਲਰਦਾ ਅੱਜ ਸਿੰਪਲ ਹੀ ਨਹੀਂ ਕੋਈ ਗੱਲ ਨਹੀਂ ਇਹਨਾਂ ਉੱਚਾ ਪਿਆਰ ਇਹਨਾਂ ਉੱਚਾ ਪਿਆਰ ਉਹ ਤੈਨੂੰ ਉਹ ਕੁੜੀ ਬੜੀ ਖੁਸ਼ ਹੋਈ ਜਦੋਂ ਤੁਸੀਂ ਐਉਂ ਕੀਤਾ ਸੀ ਅੱਜ ਕੱਲ ਪਿਆਰ ਇਦਾਂ ਦੇ ਹੀ ਆ ਕਿਉਂਕਿ ਸਿਰ ਖਿਲਰ ਜਾਂਦੇ ਆ ਰਾਜਾ ਸਾਰਾ ਇਹਨੂੰ ਘੁੰਮ ਕੇ ਆ ਉੱਤੋਂ ਦੀ ਸਾਰਾ ਵੱਡਾ ਬਣਾ ਲਿਆ ਬੇਟਾ ਕੋਈ ਨਹੀਂ ਜਾਂਦੇ ਸਾਰਿਆਂ ਨੂੰ ਲੈ ਕੇ ਜਾਂਦੇ ਭਾਈਆ ਜੀ ਇਹ ਕਿਉਂ ਰੋਂਦਾ ਆ ਕਹਿੰਦਾ ਮੈਂ ਆਪਣੇ ਨਾਨਕਿਆਂ ਦੇ ਵੀ ਨਾਨਕੀ ਆਪ ਭਾਈ ਜੀ ਥਲੇ ਤਾਰ ਦੋ ਇੱਥੇ ਸਾਫ ਸਾਈਆਂ ਥਲੇ ਤਾਰ ਦੋ ਵਿਚਾਰੇ ਨੂੰ ਆ ਜਾਣੀ ਆ ਥਰਿਆ ਥਰਿਆ ਨੂੰ ਮੈਸੇਜ ਦੇ ਹੋ ਮਰਚ ਮੰਮ ਨਾਲ ਦਾ ਡਾਇਰੈਕਟ ਕਿੰਨੇ ਸੋਹਣੇ ਲੱਗਣੇ ਨੇ ਨਾਨਾ ਜੀ ਪਹਿਲਵਾਨ ਜੁਗਿੰਦਰ ਸਿੰਘ ਰੱਤਾ ਚਲੋ ਬਾਹਰ ਨੂੰ ਪਾਵੇਂ ਚਲੋ ਆਓ ਵੇਖਣ ਚੱਲੀਏ
ਨਿਆਣੇ ਨੇ ਫੁੱਲ ਰਾਹ ਚ ਹੀ ਡੇ ਦਿੱਤੇ ਆ। ਇਹ ਕਰ ਅੱਛਾ ਕੈਮਰੇ ਲਵਾਏ ਆ। ਅੱਛਾ ਡਾਂਸਿੰਗ ਵੀ ਕਰਾਈ ਆ, ਚੱਲ ਵਧੀਆ। ਕਿੰਨਾ ਸੋਹਣਾ ਬਣ ਗਿਆ ਨਾ ਘਰ। ਗੁਰਸ਼ਾਨ ਕਰਨ ਦਾ ਲੈ ਲਿਆ ਨਾ। ਠੀਕ ਆ ਚਲੋ। ਅੱਛਾ ਸੋਹਣਾ ਬਣ ਗਿਆ ਨਾ ਘਰ। ਮਾਮਾ ਜੀ ਨੇ ਬੂਟਿਓ ਬੂਟੀ ਕਰ ਦਿੱਤੀ ਕੋਠੀ ਹੈ। ਮਾਮਾ ਜੀ, ਮਾਮਾ ਜੀ ਮੈਂ ਕਿਹਾ ਬੂਟਿਓ ਬੂਟੀ ਕਰ ਦਿੱਤੀ ਕੋਠੀ, ਬੂਟਿਓ ਬੂਟੀ ਲਾਤੀ। ਚਲੋ ਵਧੀਆ, ਤਾਂ ਕੱਚਾ ਥਾਂ ਹੋਣਾ ਚਾਹੀਦਾ ਆ ਹੈ ਮਾਮਾ ਜੀ। ਮੈਂ ਕਿਹਾ ਕੱਚਾ ਥਾਂ ਵੀ ਹੋਣਾ ਚਾਹੀਦਾ ਵਾ ਨਿਆਣਾ ਨਿਆਣਾ ਕਹਿਣ ਦੀ। ਵੇਲਾ ਸੀ ਆਪਣੇ ਪਿੰਡ ਲੈ ਜਾਣੀ ਗੋਭੀ ਪੁੱਟ ਕੇ। ਲੱਗਦਾ ਇੱਥੇ ਆਲੂ ਬੀਜੇ ਸੀ, ਆਲੂ ਬੀਜੇ ਸੀ ਨਾ ਇੱਧਰ। ਨਹੀਂ ਨਹੀਂ ਇਹ ਤੇ ਪਾਸਕੂ ਵੀ ਨਹੀਂ ਤਗੜੀ ਆ। ਮੈਂ ਹੋਰ ਨਹੀਂ, ਪਰ ਅਜੇ ਬੱਚੇ ਨੇ ਨਾ ਗੋਭੀ ਦੇ ਫੁੱਲ। ਮੁੱਲ ਜਿੰਨਾ ਮੇਰੀ ਗੱਲ ਸੁਣੋ, ਦੋਵੇਂ ਜੀ ਤੇ ਹੈਗੇ, ਮੁੱਲ ਕਿੱਥੋਂ ਸਬਜ਼ੀਆਂ ਲੈਣੀ ਪੈਣੀਆਂ। ਮਾਮੀ ਜੀ, ਮਾਮੀ ਜੀ ਇੰਨਾ ਖਲਾਰ ਵਧਾ ਲਿਆ ਵਿਹੜੇ ਦਾ, ਸਫਾਈ ਵੀ ਬੜੀ ਕਰਨੀ ਪੈਂਦੀ ਹੋਣੀ। ਆਪ ਬੰਦਾ ਹੌਲੀ ਹੌਲੀ ਲੱਗਾ ਰਵੇ। ਫੁੱਲ ਫਲ ਉਹਦਾ ਵਾਹਵਾ ਹੀ ਆ। ਹਾਂ ਮੇਥੀ ਕਿੰਨੀ ਹੋਈ ਜੇ ਆਪਾਂ ਲੈਣਾ ਜਾਈਏ ਹਨਾ, ਪੱਕੀ ਆ ਹਨਾ। ਨਹੀਂ ਸਾਡੇ ਵੀ ਬੜੀ ਮੇਥੀ ਏਦਾਂ ਪਪੀਤੇ ਕਿੰਨੇ ਸਾਡੇ ਘਰ ਲੱਗੇ ਆ। ਮੇਥੀ ਵੀ ਬੜੀ ਆ। ਫੁੱਲ ਲਾਉਣ ਦੀ ਮਾਮੀ ਜੀ ਅਜੇ ਜਗ੍ਹਾ ਨੀ ਨਾ ਘਰੇ ਹੈਗੀ, ਜਗ੍ਹਾ ਬਣਾਈ ਨੀ ਅਜੇ ਵਿਹੜੇ ਚ। ਜਗ੍ਹਾ ਤੇ ਬੜੀ ਆ, ਬਣਾਉਣੀ ਆ ਹਨਾ ਅਜੇ। ਸੰਦੀਪ ਆ ਲੋ, ਮਾਮੇ ਨੇ ਕਾਲੇ ਅੰਗੂਰ ਲਿਆ ਕੇ ਦਿੱਤੇ।
ਕਿ ਭਣੇਵੀ ਆ ਭਣੇਵੇ ਆਏ ਆ ਦੋਧੀਆਂ ਦੋਧੇ ਆਏ ਆ ਤੇ ਮਾਮੀ ਨੇ ਗੋਰ ਲੰਘਾ ਗਈ ਲਕਾ ਗਈ ਮੈਨੂੰ ਤਾਂ ਅਮਰੂਦ ਹੀ ਚਾਹੀਦੀ ਆ ਰਵਿੰਦਰ ਜੀ ਮਾਮੇ ਦਾ ਧਾਰਾ 307 ਲੱਗਣੀ ਆ ਹੂੰ ਕਤਲ ਦਾ ਪਰਚਾ ਮਾਮੇ ਨੇ ਪੈਨ ਨਹੀਂ ਨਾ ਦੇਣਾ ਆਪਣੇ ਤੇ ਹਾਂ ਕਿਉਂਕਿ ਮਾਮਾ ਆਪ ਮੁਲਾਜ਼ਮ ਆ ਓਏ ਓਏ ਨਾ ਇਹਦਾ ਟੱਕਾ ਚੱਲਦਾ ਵੇਖ ਕੇ ਕੁੜ ਦੇਣਾ ਨੂੰ ਆ ਕੇ ਆ ਉਹ ਗੱਲ ਨਹੀਂ ਬਣਦੀ ਸਿਆਲ ਚ ਨਾ ਆਵੇ ਓਹੋ ਹੋ ਭਰਾਵਾ ਛੇਤੀ ਕੱਟ ਮੁੰਡਾ ਥਲੇ ਛਿੱਕੜ ਖਾਣ ਡਿਆ ਛੇਤੀ ਕੀ ਕੱਟ ਭਰਾਵਾ ਇਹਨਾਂ ਦੇ ਹਥਿਆਰ ਮਾੜੇ ਆ 307 ਦਾ ਪਰਚਾ ਕਿੱਥੋਂ ਪੈਣਾ ਸੀ ਮਾਮੇ ਨੇ ਆ ਹਥਿਆਰ ਜਾ ਕੇ ਵਿਖਾ ਲੈਣਾ ਸੀ ਹਾਂ ਠੀਕ ਆ ਉਹਨਾਂ ਆਖਣਾ ਸੀ ਇਹਦੇ ਨਾਲ ਕਤਲ ਹੋ ਨਹੀਂ ਸਕਦਾ ਜਾ ਮੇਰੇ ਜ਼ੋਰ ਨਾਲ ਨਿਕਲੋ ਜਿਹੜਾ ਪਹਿਲਾਂ ਕੱਟਿਆ ਸੀ ਨਾ ਉਹ ਨਹੀਂ ਸਹੀ ਸੀ ਆਹ ਸਹੀ ਆ ਹੁਣ ਵਿੱਕੀ ਨੇ ਉਧਰ ਲੈ ਅਮਰੂਦ ਨਾ ਵੇਲੋ ਖਾਇਓ ਸਾਰਾ ਜਿਹੜਾ ਮਾਮਾ ਜੀ ਵਾਲੇ ਪਾਸੇ ਰਹਿ ਗਿਆ ਉਧਰ ਮਾਮਾ ਜੀ ਵੇਖਿਓ ਇਹ ਤਾਂ ਗੁਰਸਾਹਿਬ ਦੇ ਸਿਰ ਤੇ ਆਉਣਾ ਨਹੀਂ ਮੈਂ ਨੀ ਕਰਨਾ ਮੈਂ ਵੇਖਣਾ ਆ ਜ਼ਰੂਰਤ ਰਾਮ
ਉਧਰ ਸਾਡੀ ਕੁੜੀ ਨੇ ਪਹਿਲਾਂ ਝਾੜੂ ਲਾਤਾ, ਉਧਰ ਪੋਚੇ ਲਾਉਣ ਦੀ ਤਿਆਰੀ ਚ ਲੱਗ ਗਈ। ਮੈਂ ਕੀ ਕਹਿਣ ਦੀ ਆ, ਗੁਰਮੇਰ ਨੇ ਅੱਗੇ ਝਾੜੂ ਮਾਰਿਆ, ਇੱਧਰ ਹੁਣ ਝਾੜੂ ਪੋਚਾ ਹੁਣ ਲੱਗਾ। ਹਾਏ ਰੱਬਾ, ਸ਼ਗੁਨ ਚੁੱਕ ਸ਼ਬੂ।